अमृतसर पुलिस नूं मिली वड्डी सफलता। एक नामचीन गैंगस्टर सिमरजीत सिंह जुझार दे पंज मैंबरां नूं गिरफ्तार कीता। कल सवेरे गुप्त सूचना दे आधार ते इन्हां पंजां नूं गिरफ्तार कीता गया है। सिमरजीत सिंह जुझार होशियारपुर दी जेल विच बंद है। उत्थे ही ओह अपना पूरा समराज चला रहा है। इह पंजो उसदे दिशा निर्देशां उत्ते वख-वख शहरां विच वारदातां नूं अंजाम दिंदे सन। अमृतसर दे मकबूलपुरा विच कुछ दिन पहला इन्हां ने एक व्यक्ति नूं गोली मारी सी। होर वी कई मामले उन्हां उत्ते वख-वख शहरां विच दर्ज हन। पुलिस पार्टी दे वल्लों जदों इन्हां नूं गिरफ्तार ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ 3 ਰਿਵਾਲਵਰ ਅਤੇ 1 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ ਇਹ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ, ਜਿਸ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਵੱਲੋਂ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਨਾਲ ਗਰੋਹ ਵਿੱਚ ਕੌਣ-ਕੌਣ ਸ਼ਾਮਿਲ ਹਨ ਬਰੀਕੀ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਪੁਲਿਸ ਦੇ ਮੁਤਾਬਕ ਇਹ ਇੱਕ ਬਹੁਤ ਵੱਡੀ ਸਫਲਤਾ ਹੈ। ਬੜੀ ਵੱਡੀ ਸਫਲਤਾ ਮਿਲੀ ਹੈ। ਸਾਡੇ ਇੱਕ ਬਹੁਤ ਹੀ ਵੱਡਾ ਗੈਂਗਸਟਰ ਸਿਮਰਨਜੀਤ ਸਿੰਘ ਉਰਫ ਜੁਝਾਰ ਜਿਹੜਾ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀਗਾ, ਉਹਨੇ 5 ਵਿਅਕਤੀਆਂ ਦਾ ਇੱਕ ਗੈਂਗ ਬਣਾਇਆ ਹੋਇਆ ਸੀਗਾ ਜਿਹੜਾ ਸ਼ਹਿਰ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਵਾਰਦਾਤ ਕਰਦਾ ਸੀ। ਥੋੜ੍ਹੇ ਦਿਨ ਪਹਿਲਾਂ ਉਹਨੇ ਮਕਬੂਲਪੁਰੇ ਦੇ ਏਰੀਏ ਦੇ ਵਿੱਚ ਆਪਣੇ ਰਿਸ਼ਤੇਦਾਰ ਦੀ ਕੋਠੀ ਦੇ ਵਿੱਚ ਕੋਈ ਬੰਦਾ ਕਿਰਾਏ 'ਤੇ ਰਹਿ ਰਿਹਾ ਸੀ, ਅਮਰੀਕ ਸਿੰਘ ਏਲੀਅਸ ਬਿੱਟਾ, ਉਹਦੀ ਜਿਹੜੀ ਲੱਤ ਦੇ ਵਿੱਚ ਗੋਲੀ ਮਰਵਾਈ ਮਾਨਕ ਏਲੀਅਸ ਸਨੀ ਸ਼ੂਟਰ ਤੋਂ। ਇਹ ਜੁਝਾਰ ਨੇ ਇੱਕ ਜਿਹੜਾ ਇੱਕ ਆਪਣਾ ਗੈਂਗ ਬਣਾ ਰੱਖਿਆ ਸੀਗਾ, ਇਸ ਦੌਰਾਨ ਹੀ ਮਕਬੂਲਪੁਰੇ ਦੇ ਏਰੀਏ ਦੇ ਵਿੱਚ ਹੀ ਇੱਕ 284 ਨੰਬਰ ਮੁਕੱਦਮਾ ਦਰਜ ਹੋਇਆ ਜਿਹਦੇ ਵਿੱਚ ਸਿਮਰਨਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਗੋਲੀ ਮਾਰੀ ਸੀਗੀ। ਉਹਦੇ ਵਿੱਚ ਵੀ ਜਿਹੜੇ ਇਹ ਜੁਝਾਰ ਜਿਹੜਾ ਸੀਗਾ ਆਪਣਾ ਦਿਸ਼ਾ ਨਿਰਦੇਸ਼ ਦਿੰਦਾ ਸੀਗਾ ਸਨੀ ਨੂੰ। ਸਨੀ ਪਹਿਲਾਂ ਕਰਨ ਅਤੇ ਮੋਨੂ ਕੁਲਚਾ ਜਿਹੜਾ ਇਹਨਾਂ ਦੇ ਸਾਥੀ ਸੀਗੇ ਉਹਨਾਂ ਦੇ ਥਰੂ ਜਿਹੜੀ ਰੈਕੀ ਕਰਾਉਂਦਾ ਸੀਗਾ। ਅੱਜ ਸਵੇਰੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮਾਨਕ ਏਲੀਅਸ ਸਨੀ ਅਤੇ ਉਸਦਾ ਸਾਥੀ ਕਰਨ ਸ਼ਰਮਾ ਇਹਨਾਂ ਨੂੰ ਜਿਹੜਾ ਮੋਗੇ ਤੋਂ ਗ੍ਰਿਫਤਾਰ ਕੀਤਾ। ਇਹਨਾਂ ਤੋਂ ਇੱਕ ਪਿਸਟਲ ਮਿਲਿਆ ਔਰ ਇੱਕ ਸਕੂਟਰੀ ਮਿਲੀ। ਹੁਣ ਤੱਕ ਦੇ ਇਹਨਾਂ ਦੀ ਗ੍ਰਿਫਤਾਰੀ ਦੇ ਵਿੱਚ 3 ਜਿਹੜੇ ਹੈਗੇ ਆ ਉਹ ਵੈਪਨ ਮਿਲ ਚੁੱਕੇ ਆ ਔਰ 21 ਰੌਂਦ ਔਰ ਇੱਕ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਜਿਹੜਾ ਹੁਣ ਤੱਕ ਬਰਾਮਦ ਕਰ ਚੁੱਕੇ ਹਾਂ। ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰੇ ਹੀ ਜਿਹੜੇ ਮੁਲਜ਼ਮ ਹੈਗੇ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ 5 ਮੁਲਜ਼ਮ। ਇਹਨਾਂ ਦੀ ਹਿਸਟਰੀ ਆ ਕਿ ਪਹਿਲਾਂ ਆਲਰੇਡੀ ਅਲੱਗ ਅਲੱਗ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਵਿੱਚ ਸ਼ਾਮਿਲ ਸੀਗੇ। ਜੁਝਾਰ 'ਤੇ ਹੁਣ ਤੱਕ ਮੈਂ ਤੁਹਾਨੂੰ ਦੱਸਿਆ ਵੀ 15 ਮੁਕੱਦਮੇ ਦਰਜ ਆ, ਜਿਹਦੇ ਵਿੱਚ 392 ਲੁੱਟਖੋਹ ਦੇ ਮੁਕੱਦਮੇ ਆ, ਫਰੌਤੀ ਦੇ ਮੁਕੱਦਮੇ ਆ, 302 ਦੇ ਮੁਕੱਦਮੇ ਆ ਔਰ ਕਾਫੀ ਵਾਰਦਾਤਾਂ ਦੇ ਵਿੱਚ ਇਹ ਇਨਵੋਲਵ ਹੈਗਾ। ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਜਿਹੜੀ ਅੱਗੇ ਪੁੱਛਗਿੱਛ ਕਰਾਂਗੇ। ਕਿਵੇਂ ਆਪਰੇਟ ਕਰਦਾ ਸੀ ਜੇਲ੍ਹ ਦੇ ਅੰਦਰੋਂ, ਮੋਬਾਈਲ ਫੋਨ 'ਤੇ ਕਿਵੇਂ? ਜੇਲ੍ਹ ਦੇ ਅੰਦਰੋਂ ਇਹ ਜਿਹੜਾ ਹੈਗਾ ਲਗਾਤਾਰ ਇਨ ਟੱਚ ਸੀਗਾ ਮਾਨਕ ਏਲੀਅਸ ਸਨੀ ਦੇ ਨਾਲ। ਉਹਨਾਂ ਨੂੰ ਮੈਸੇਜ ਰਾਹੀਂ ਜਾਂ ਜਿਹੜਾ ਵਾਇਸ ਮੈਸੇਜ ਰਾਹੀਂ ਵਟਸਐਪ ਰਾਹੀਂ ਜਿਹੜਾ ਉਹਨਾਂ ਦੇ ਨਾਲ ਗੱਲ ਕਰ। ਬਲੰਟ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੇ ਨਾਲ ਕ੍ਰਿਸ਼ਨ ਕੁਮਾਰ ਦੀ ਰਿਪੋਰਟ।